ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣਾ ਅੰਦੋਲਨ ਜਾਰੀ ਰੱਖ ਰਹੇ ਨੇ, ਆਪਣਾ ਅੰਦੋਲਨ ਜਿਹੜਾ ਹੈ ਉਹ ਮੁਕੰਮਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ। ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਹਰਿਆਣੇ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ। ਕਿਸਾਨੀ ਅੰਦੋਲਨ ਦਾ ਦੂਜਾ ਭਾਗ ਚੱਲ ਰਿਹਾ, ਅਜੇ ਤੱਕ ਜੋ ਹਾਲਾਤ ਨੇ, ਜੋ ਕੁਝ ਕਿਸਾਨ ਝੱਲ ਚੁੱਕੇ ਨੇ, ਜੋ ਕੁਝ ਅਜੇ ਵੀ ਉੱਥੇ ਬੈਠੇ ਚੱਲ ਰਹੇ ਨੇ, ਉਹ ਪ੍ਰਤੱਖ ਸਾਹਮਣੇ ਆ। ਪਰ ਇਹਨਾਂ ਮਸਲਿਆਂ ਨੂੰ ਲੈ ਕੇ ਇਹ ਗੂੰਜ ਜਿਹੜੀ ਕਿਸਾਨਾਂ ਦੀ ਹੈਗੀ ਹੈ, ਕਿਸਾਨਾਂ ਦੀਆਂ ਚੀਖਾਂ, ਉਹਨਾਂ ਦੇ ਮਸਲੇ ਜਿਹੜੇ ਨੇ ਉਹ ਪੰਜਾਬ ਤੱਕ ਹੀ ਸੀਮਿਤ ਨਹੀਂ ਰਹਿ ਗਏ, ਸਗੋਂ ਪੰਜਾਬ ਤੋਂ ਅਗਾਂਹ ਵੱਧ ਚੁੱਕੇ ਨੇ ਇਹ ਮਸਲੇ, ਇਹ ਕਿਸਾਨਾਂ ਦੀਆਂ ਚੀਕਾਂ, ਉਹਨਾਂ ਦੀਆਂ ਗੁਹਾਰਾਂ ਕੈਨੇਡਾ ਜਾ ਕੇ ਗੂੰਜੀਆਂ ਨੇ। ਕੈਨੇਡਾ ਦੀ ਧਰਤੀ ਉੱਤੇ ਬ੍ਰੈਂਪਟਨ, ਜਿਹੜਾ ਕਿ ਸਿੱਖਾਂ ਦਾ, ਸਰਦਾਰਾਂ ਦਾ, ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ, ਉੱਥੇ ਉੱਥੋਂ ਦੇ ਸੈਕੰਡਰੀ ਸਕੂਲ ਦੇ ਨਿਆਣੇ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਗਏ ਨੇ। ਕਿਸਾਨਾਂ ਦੀ ਹਾਲਤ ਦੇਖ ਕੇ ਜ਼ਰੂਰ ਉਹ ਪ੍ਰਭਾਵਿਤ ਹੋਏ ਨੇ, ਔਰ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ, ਇਹਨਾਂ ਮੰਗਾਂ ਦੇ ਮੱਦੇਨਜ਼ਰ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਨੇ। ਗੱਲ ਕੀਤੀ ਜਾ ਰਹੀ ਹੈ ਬ੍ਰੈਂਪਟਨ ਦੇ ਹਾਰਟ ਲੇਕ ਸੈਕੰਡਰੀ ਸਕੂਲ ਦੀ, ਔਰ ਉੱਥੋਂ ਦੇ ਜਿਹੜੇ ਸਕੂਲੀ ਵਿਦਿਆਰਥੀ ਨੇ ਉਹ ਸੜਕਾਂ 'ਤੇ ਉਤਰ ਆਏ ਨੇ, ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਉਤਰ ਆਏ ਨੇ। ਉਹਨਾਂ ਨੇ ਸਾਫ਼ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਜਾਇਜ਼ ਨੇ, ਔਰ ਉਹਨਾਂ ਦੇ ਨਾਲ ਖੜ੍ਹੇ ਨੇ। ਹਾਲਾਤਾਂ ਦੇ ਮੱਦੇਨਜ਼ਰ ਜੋ ਕੁਝ ਕਿਸਾਨਾਂ ਨਾਲ ਵਾਪਰਿਆ, ਭਾਵੇਂ ਉਹ ਅਥਰੂ ਗੈਸ ਦੇ ਗੋਲੇ ਹੋਣ, ਭਾਵੇਂ ਉਹ ਰਬੜ ਦੀਆਂ ਗੋਲੀਆਂ ਹੋਣ, ਭਾਵੇਂ ਉਹ ਬੰਦੂਕ ਦੀਆਂ ਗੋਲੀਆਂ ਹੋਣ, ਨੌਜਵਾਨ ਕਿਸਾਨ ਸ਼ਹੀਦ ਹੋਏ, 7 ਤੋਂ 8 ਦੇ ਕਰੀਬ ਕਿਸਾਨ ਸ਼ਹੀਦ ਹੋਏ ਮੁਕੰਮਲ ਤੌਰ ਦੇ ਉੱਤੇ, ਔਰ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋਏ। ਇਹਨਾਂ ਦੇ ਮੱਦੇਨਜ਼ਰ ਇਹਨਾਂ ਚੀਜ਼ਾਂ ਤੋਂ ਭਾਵੁਕ ਹੋ ਕੇ ਉਹ ਬੱਚੇ ਜਿਹੜੇ ਨੇ ਉਹ ਆਪਣੇ ਸਕੂਲਾਂ ਤੋਂ ਬਾਹਰ ਨਿਕਲੇ, ਔਰ ਉਹਨਾਂ ਨੇ ਇੱਕ ਆਯੋਜਨ ਕੀਤਾ, ਕਿਸਾਨਾਂ ਦੇ ਹੱਕ ਦੇ ਵਿੱਚ ਆਯੋਜਨ ਕੀਤਾ। ਉਹਨਾਂ ਨੇ ਵਾਕਆਊਟ ਫਾਰ ਫਾਰਮਰਸ ਦੇ ਨਾਂ ਦੇ ਉੱਤੇ ਇੱਕ ਪ੍ਰੋਗਰਾਮ ਔਰਗਨਾਈਜ਼ ਕੀਤਾ, ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਬ੍ਰੈਂਪਟਨ ਦੇ ਵਿੱਚ ਥਾਂ ਥਾਂ ਜਾ ਕੇ ਕਿਸਾਨਾਂ ਦੇ ਹੱਕ ਜਿਹੜੇ ਨੇ ਉਹ ਲੋਕਾਂ ਨੂੰ ਦੱਸੇ, ਕਿਸਾਨਾਂ ਦਾ ਪੱਖ ਪੂਰਿਆ, ਔਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਏ ਨੇ। ਕੈਨੇਡਾ ਤੱਕ ਇਹ ਗੁਹਾਰ ਪਹੁੰਚੀ ਹੈ, ਪਰ ਇੱਥੇ ਸਵਾਲ ਇਹ ਖੜ੍ਹਦਾ ਹੈ ਜੇ ਕੈਨੇਡਾ ਦੇ ਬੱਚੇ ਇਹ ਗੱਲ ਸਮਝ ਸਕਦੇ ਆ ਤਾਂ ਕੇਂਦਰ ਸਰਕਾਰ ਦੇ ਮੰਤਰੀ ਕਿਉਂ ਇਹ ਗੱਲਾਂ ਨਹੀਂ ਸਮਝ ਪਾ ਰਹੇ? ਕਿਉਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ? ਕਿਉਂ ਕਿਸਾਨਾਂ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ? ਇੱਥੇ ਕੇਂਦਰ ਸਰਕਾਰ ਦੇ ਉੱਤੇ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਜਾ ਰਹੇ ਨੇ। ਜੋ ਹਾਲਾਤ ਬਣੇ ਹੋਏ ਨੇ, ਜੋ ਬਣ ਸਕਦੇ ਨੇ, ਉਹ ਸਮਾਂ ਦੱਸੇਗਾ, ਪਰ ਫਿਲਹਾਲ ਕਿਸਾਨਾਂ ਦੇ ਹੱਕ ਦੇ ਵਿੱਚ ਕੈਨੇਡਾ ਦੇ ਵਿਦਿਆਰਥੀ ਖੜ ਗਏ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।